Hi, I am Dr. Manali Chandrikar. I am board certified in family medicine and have a master's in public health. And today, I am going to talk about the importance of getting COVID-19 vaccine. ਤੁਸੀਂ ਸ਼ਾਇਦ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਵਿਡ ਨਾਲ ਬਿਮਾਰ ਹੋਣਾ ਇੱਕ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਜਿਹਦੇ ਲੱਛਣ ਮਹੀਨਿਆਂ ਤੱਕ ਰਹਿੰਦੇ ਆ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ ਚੰਗੀ ਖਬਰ ਇਹ ਹੈ ਕਿ ਫਾਈਜ਼ਰ ਬਾਇਨੋਟੈਕ ਮੋਡਰਨਾ ਅਤੇ ਜੌਨਸਨ ਐਂਡ ਜੌਨਸਨ ਵਰਗੀਆਂ ਕੰਪਨੀਆਂ ਦੇ ਵਿਗਿਆਨਿਕਾਂ ਨੇ ਟੀਕੇ ਬਣਾਏ ਜੋ ਕਿ ਗੰਭੀਰ ਬਿਮਾਰੀ ਹਸਪਤਾਲ 'ਚ ਦਾਖਲ ਹੋਣ ਅਤੇ ਕੋਵਿਡ-19 ਤੋਂ ਹੋਣ ਵਾਲੀ ਮੌਤ ਨੂੰ ਰੋਕਣ ਲਈ ਲਾਭਦਾਇਕ ਸਾਬਤ ਹੋਏ ਇਹ ਟੀਕੇ ਕਰੋਨਾ ਵਾਇਰਸ ਸਮੇਤ ਰੂਪਾਂ ਦੇ ਅਸਰ ਇਹਦੇ 'ਚ ਵਾਇਰੈਂਟ ਵੀ ਸ਼ਾਮਿਲ ਹੈ ਉਹਦੇ ਨਾਲ ਲੜਨ ਜਾਂ ਘੇਰਾ ਕਰਨ ਲਈ ਤੁਹਾਡੀ ਇਮਿਊਨਿਟੀ ਸਿਸਟਮ ਯਾਨੀ ਤੁਹਾਡੇ ਅੰਦਰ ਬਿਮਾਰੀ ਨਾਲ ਲੜਨ ਵਾਲੀ ਸ਼ਕਤੀ ਨਾਲ ਕੰਮ ਕਰਦੇ ਹਨ ਅਤੇ ਸਬੂਤ ਦਰਸਾਉਂਦੇ ਹਨ ਕਿ ਬਿਮਾਰੀ ਤੋਂ ਠੀਕ ਹੋਣ ਨਾਲ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਵਾਧੂ ਸੁਰੱਖਿਆ ਮਿਲੀ ਹੈ ਟੀਕੇ ਲਾਉਣ ਦਾ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਸਾਰੀਆਂ ਪਾਬੰਦੀਆਂ ਤੋਂ ਬਚਣ ਦੀ ਇਜਾਜ਼ਤ ਦਿੰਦਾ ਹੈ ਜਿਹਨੇ ਸਾਡੇ ਸਮਾਜ ਅਤੇ ਅਰਥ ਵਿਵਸਥਾ 'ਤੇ ਬੁਰਾ ਅਸਰ ਪਾਇਆ ਹੈ ਅਸਲ 'ਚ ਜਦੋਂ ਤੁਸੀਂ ਕੋਵਿਡ-19 ਬਾਰੇ ਜ਼ਿਆਦਾ ਜਾਣਕਾਰੀ ਰੱਖਦੇ ਹੋ ਯਾਨੀ ਕਿ ਅਪ ਟੂ ਡੇਟ ਹੁੰਦੇ ਹੋ ਤਾਂ ਬਾਹਰ ਬੈਠਣ ਵਾਲੀ ਜਗ੍ਹਾ 'ਤੇ ਮਾਸਕ ਪਾਉਣ ਦੀ ਲੋੜ ਨਹੀਂ ਹੁੰਦੀ ਹਾਲਾਂਕਿ ਭੀੜ ਭੜਾਕੇ ਵਾਲੇ ਜਗ੍ਹਾ ਵਿੱਚ ਮਾਸਕ ਨੂੰ ਪਾਉਣਾ ਹਜੇ ਵੀ ਚੰਗੀ ਸਾਵਧਾਨੀ ਮੰਨਿਆ ਜਾਂਦਾ ਹੈ ਦੂਜਾ ਮਾਸਕ ਪਾਉਣਾ ਤਾਂ ਵੀ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਨਾਲ ਨੇੜੇ ਹੋ ਕੇ ਗੱਲ ਕਰ ਰਹੇ ਹੋ ਤਾਂ ਉਹ ਬੰਦਰ ਆਪਣੇ ਟੀਕਿਆਂ ਨੂੰ ਲੈ ਕੇ ਜਾਣਕਾਰੀ ਨਹੀਂ ਰੱਖਦਾ ਯਾਨੀ ਕਿ ਉਹ ਆਪਣੇ ਟੀਕਿਆਂ ਨੂੰ ਲੈ ਕੇ ਅਪ ਟੂ ਡੇਟ ਨਹੀਂ ਹੈ ਤੁਹਾਨੂੰ ਟੀਕਾ ਲੈਣ ਲਈ ਕਿਹੜੀ ਚੀਜ਼ ਰੋਕ ਰਹੀ ਹੈ ਫਿਕਰ ਕਰਦੇ ਹੋ ਕਿ ਟੀਕੇ ਬਹੁਤ ਤੇਜ਼ੀ ਨਾਲ ਵਿਕਸਿਤ ਹੋਏ ਹਨ ਬੇਫਿਕਰ ਰਹੋ ਕੁਛ ਨਹੀਂ ਲੁਕਾਇਆ ਗਿਆ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਅਸਰਦਾਰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਗਏ ਹਨ ਖੁਦ ਮੁਖਤਿਆਰ ਵਿਗਿਆਨਿਕ ਦੁਆਰਾ ਜਾਂਚ ਕੀਤੀ ਗਈ ਸੀ ਅਤੇ ਅਮਰੀਕਾ ਵਿੱਚ 100 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਰੂਪ ਨਾਲ ਟੀਕੇ ਲਾਏ ਗਏ ਕੀ ਤੁਸੀਂ ਮਾੜੇ ਪ੍ਰਭਾਵ ਨੂੰ ਲੈ ਕੇ ਫਿਕਰਮੰਦ ਹੋ ਕੋਵਿਡ ਵੈਕਸੀਨ ਦੇ ਮਾੜੇ ਪ੍ਰਭਾਵ ਜੇਕਰ ਹੁੰਦੇ ਵੀ ਹੈ ਥੋੜ੍ਹੇ ਟਾਈਮ ਲਈ ਹੁੰਦੇ ਹੈ ਆਮ ਤੌਰ 1 ਜਾਂ 2 ਦਿਨ ਤੱਕ ਰਹਿੰਦੇ ਹੈ ਇਹ ਇੱਕ ਕੁਦਰਤੀ ਪ੍ਰਤੀਕਿਰਿਆ ਦਾ ਸੰਕੇਤ ਦਿੰਦੇ ਹੈ ਕਿਉਂਕਿ ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਵਾਇਰਸ ਨੂੰ ਪਹਿਚਾਨਣਾ ਅਤੇ ਲੜਨਾ ਸਿਖਾਉਂਦਾ ਹੈ ਅਤੇ ਕੋਵਿਡ ਵੈਕਸੀਨ ਯਾਨੀ ਟੀਕੇ ਸਾਰਿਆਂ ਲਈ ਉਪਲਬਧ ਹੈ ਅਤੇ ਮੁਫਤ ਹੈ ਬਿਨਾਂ ਦਸਤਾਵੇਜ਼ ਪ੍ਰਵਾਸੀ ਯਾਨੀ ਅਨਡਾਕੂਮੈਂਟਡ ਵਾਲੇ ਲੋਕਾਂ ਲਈ ਵੀ ਉਹਨਾਂ ਦੀ ਇਮੀਗ੍ਰੇਸ਼ਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਟੀਕੇ ਮੁਫਤ ਲਾਏ ਜਾਂਦੇ ਹੈ ਯਾਦ ਰੱਖੋ ਸਮਾਂ ਤੱਤ ਦਾ ਹੈ ਕੋਵਿਡ ਬਹੁਤ ਖਤਰਨਾਕ ਹੋ ਸਕਦਾ ਹੈ ਜਿੰਨੀ ਜਲਦੀ ਤੁਸੀਂ ਟੀਕੇ ਲਗਵਾਉਂਦੇ ਹੋ ਓਨੀ ਜਲਦੀ ਤੁਸੀਂ ਸੁਰੱਖਿਅਤ ਹੁੰਦੇ ਹੋ ਅਤੇ ਜਿੰਨੀ ਜਲਦੀ ਤੁਸੀਂ ਸੁਰੱਖਿਅਤ ਹੁੰਦੇ ਹੋ ਓਨੀ ਜਲਦੀ ਤੁਸੀਂ ਖੁਸ਼ਹਾਲ ਭਰੀ ਜ਼ਿੰਦਗੀ ਦੁਆਰਾ ਜੀ ਪਾਉਂਦੇ ਹੋ ਆਈ ਹੋਪ ਦਿਸ ਵਾਜ਼ ਹੈਲਪਫੁਲ ਫੋਰ ਯੂ ਪਲੀਜ਼ ਮੇਕ ਅ ਵੈਕਸੀਨ ਅਪੁਆਇੰਟਮੈਂਟ ਟੂਡੇ